ਹਾਂਜੀ ਨਮਸਕਾਰ ਜੀ, ਨਮਸਤੇ ਤੁਹਾਡਾ ਜੀ, ਨਾਮ ਕਿਆ ਹੈ? ਮੇਰਾ ਨਾਮ ਅੰਕਿਤਾ। ਹਾਂਜੀ, ਹਾਂਜੀ, ਕੀ ਪ੍ਰੋਬਲਮ ਸੀ? ਮੇਰੀ ਪ੍ਰੋਬਲਮ ਸੀ, ਮੈਨੂੰ 6 ਮਹੀਨੇ ਪਹਿਲਾਂ ANA ਡਾਇਗਨੋਜ਼ ਹੋਇਆ ਸੀ ਅਤੇ ਉਸ ਤੋਂ ਬਾਅਦ ਫਿਰ ਮੇਰੇ ਮਦਰਸ ਨੇ ਮੈਨੂੰ ਹੋਮੋਪੈਥੀ ਬਾਰੇ ਦੱਸਿਆ ਕਿ ਇੱਥੋਂ ਟ੍ਰੀਟਮੈਂਟ ਲੈਣਾ, ਅਤੇ ਮੈਂ ਫਿਰ ਇੱਥੇ ਆਈ, ਟ੍ਰੀਟਮੈਂਟ ਲਿਆ ਅਤੇ ਅੱਛਾ ਰਿਜ਼ਲਟ ਮਿਲਿਆ। ਜੋ ਪਹਿਲਾਂ ਰਿਪੋਰਟਾਂ ਪੋਜ਼ਿਟਿਵ ਆਈਆਂ ਸੀ ਅਤੇ ਹੁਣ ਅੱਜ ਦੀ ਡੇਟ ਦੇ ਵਿੱਚ ਉਹ ਨੈਗੇਟਿਵ ਹੋ ਚੁੱਕੀਆਂ ਨੇ, ਅਤੇ ਬੜਾ ਅੱਛਾ ਲੱਗ ਰਿਹਾ ਕਿ ਮੈਂ 6 ਮਹੀਨੇ ਦੇ ਵਿੱਚ ਬਹੁਤ ਜਲਦੀ ਕਵਰ ਕਰ ਲਿਆ ਅਤੇ ਠੀਕ ਰਿਹਾ। ਬਹੁਤ ਜੋ ਰਿਪੋਰਟਸ ਪਹਿਲਾਂ ਦਾ ਟਾਈਮ ਦੇ ਵਿੱਚ ਸੀ, ਮੈਂ ਨੈਗੇਟਿਵਿਟੀ, ਸਟ੍ਰੈਸ, ਬੋਡੀ ਪੇਨ, ਉਹ ਸਭ ਕੁਝ ਹੁਣ ਮੈਂ ਹਟਾ ਚੁੱਕੀ ਹਾਂ ਅਤੇ ਠੀਕ ਹੋ ਚੁੱਕੀ ਹਾਂ ਅੱਜ ਦੇ ਟਾਈਮ। ਠੀਕ ਹੈ। ਕੀ ਮਤਲਬ ਐਜ਼ ਏ ਹਸਬੈਂਡ ਤੁਸੀਂ ਇਹਨਾਂ ਵਿੱਚ ਕੀ ਕੀ ਸਿੰਪਟਮ ਘਰੇ ਦੇਖਦੇ ਸੀ ਜਾਂ ਇਹਨਾਂ ਵਿੱਚ ਦੇਖਦੇ ਸੀ, ਕੀ ਪ੍ਰੋਬਲਮ ਰਹਿੰਦੀ ਸੀ ਜਿਹੜੇ ਜਿਹਦੇ ਕਰਕੇ ਤੁਸੀਂ ਕੰਸਲਟ ਕੀਤਾ, ਹੋਮਿਓਪੈਥੀ ਚੂਜ਼ ਕੀਤੀ? ਸਰ ਐਕਚੁਲੀ ਇਹਦਾ ਮੇਨਲੀ ਸਟ੍ਰੈਸ ਬਹੁਤ ਲੈਂਦੀ ਸੀ, ਅਤੇ ਜਿਵੇਂ ਹੁਣ ਅੱਜ ਤੁਸੀਂ ਦੇਖ ਹੀ ਸਕਦੇ ਹੋ ਸਰ, ਇਹ ਸਮਾਈਲੀ ਫੇਸ ਹੈ, ਮੈਨੂੰ ਵੀ ਇੰਨਾ ਕੁ ਸਟ੍ਰੈਸ ਹੋ ਗਿਆ ਸੀ। ਈਵਨ ਦੋ ਕਿ ਅਸੀਂ ਦੋਨੇ ਜਣੇ ਗੱਲਾਂ ਮਾਰਦੇ ਸੀ ਜਦੋਂ, ਉਦੋਂ ਕਦੇ ਕਦੇ ਰੋਣ ਵੀ ਲੱਗ ਜਾਂਦੀ ਸੀ, ਬਟ ਥੈਂਕ ਯੂ ਹੋਮਿਓਪੈਥਿਕ ਐਂਡ ਥੈਂਕ ਯੂ ਮਾਈ ਮਦਰ ਇਨ ਲਾਅ, ਇਹਨਾਂ ਨੇ ਸੁਜੈਸਟ ਕੀਤਾ ਸਾਨੂੰ, ਅਤੇ ਥੈਂਕਸ ਡਾਕਟਰ ਸਾਹਿਬ ਤੁਹਾਡਾ ਕਿ ਮੈਡੀਸਨ ਨਾਲ ਇੰਪੈਕਟ ਪਿਆ ਅਤੇ ਅੱਜ ਇਹ ਸਾਰੀਆਂ ਰਿਪੋਰਟਾਂ ਨੈਗੇਟਿਵ ਨੇ। ਹੁਣ ANA ਬਿਲਕੁਲ ਤੁਹਾਡੀ ਰਿਪੋਰਟ ਤੁਸੀਂ ਦੇਖ ਸਕਦੇ ਹੋ ਨੈਗੇਟਿਵ ਹੈ, ਅਤੇ ਇਹਦੇ ਨਾਲ ਦੇਖੋ ਤੁਹਾਡਾ ਓਵਰਆਲ ਆਪਣਾਪਨ ਵਾਪਸ ਮਿਲਿਆ, ਅਤੇ ਇਹ ਸਾਰੀ ਚੀਜ਼ਾਂ ਟਾਈਮਲੀ ਹੋਈਆਂ, ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਠੀਕ ਹੋ ਗਏ, ਅਤੇ ਬਸ ਐਵੇਂ ਹੀ ਰਹੋ, ਅਤੇ ਹੋਮਿਓਪੈਥੀ ਨੂੰ ਜਿਵੇਂ ਕਹਿੰਦੇ ਨੇ ਕਿ ਸਾਰਾ ਯੋਗਦਾਨ ਦੇਣਾ, ਮੈਂ ਤਾਂ ਜ਼ਰੀਆ ਕਿ ਜਿਹੜੀ ਤੁਹਾਡੇ ਲਈ ਹੈਲਪ ਆਇਆ, ਅਤੇ ਇਹ ਚੀਜ਼ ਜਲਦੀ ਠੀਕ ਹੋਈ ਜਿਹੜੀ ਕਿ ਕਈ ਵਾਰ ਠੀਕ ਹੀ ਨਹੀਂ ਹੋ ਪਾਉਂਦੀ। ਪਰ ਇੱਧਰ ਆ ਕੇ ਟਾਈਮ ਟੂ ਟਾਈਮ ਆਪਣਾ ਕੋਈ ਟੈਸਟ ਨਹੀਂ, ਕੋਈ ਫਾਲਤੂ ਕੋਈ ਟੈਸਟ ਨਹੀਂ, ਸਿਰਫ ਜੋ ਪਹਿਲਾਂ ਟੈਸਟ ਕਰਵਾ ਕੇ ਸੀ ਉਹ, ਅਤੇ ਲਾਸਟ ਦੇ ਵਿੱਚ ਬਸ ਇੱਕ ਟਾਈਮ ਟੈਸਟ ਕਰਵਾਇਆ, ਅਤੇ 6 ਮੰਥ ਦੇ ਵਿੱਚ ਅਨੀ ਇੰਪਰੂਵਮੈਂਟ ਦੇਖ ਕੇ ਮੈਨੂੰ ਆਪ ਖੁਸ਼ ਹੋ ਰਿਹਾ ਕਿ ਟੱਚ ਵੁੱਡ, ਵੈਸੇ ਕੋਈ ਲੋੜ ਪਵੇ ਨਾ ਕਿ ਦੁਬਾਰਾ ਆਈਏ, ਪਰ ਜੇ ਕਿਸੇ ਨੂੰ ਦੇਖਦੇ ਹਾਂ ਤਾਂ ਰਿਕਮੈਂਡ ਇਹੀ ਕਰਦੇ ਹਾਂ ਕਿ ਤੁਸੀਂ ਹੋਮੋਪੈਥੀ ਦੀ ਹੀ ਟ੍ਰੀਟਮੈਂਟ ਲਵੋ। ਠੀਕ ਹੈ, ਥੈਂਕ ਯੂ, ਥੈਂਕ ਯੂ।